ਪਹਿਲਾਂ ਗਵਰਨਮੈਂਟ ਦੀ ਇਹ ਪੋਲਿਸੀ ਸੀ ਕਿ ਇਹਨਾਂ ਨੂੰ 11 ਦਿਨ ਦੀ ਮੈਡੀਸਿਨ ਦਿੱਤੀ ਜਾਵੇ। ਹੁਣ ਲਾਕਡਾਊਨ ਖੁੱਲ੍ਹਣ ਕਰਕੇ ਇੱਕ ਸਟਾਕ ਪਿੱਛੋਂ ਕਾਫੀ ਘੱਟ ਆ ਰਿਹਾ, ਨੰਬਰ 2 ਤੇ ਨੰਬਰ ਆਫ ਪਰਸਨ ਬਹੁਤ ਜ਼ਿਆਦਾ ਵੱਧ ਗਏ, ਡੇਢ ਗੁਣਾ ਹੋ ਗਏ। तरन तारण नशा छड़ाओ केंद्र विच देखो क्यों नहीं दित्ती जा रही अमलिया नू नशा छड़न दी दवाई, क्यों नशा छड़न वाले नौजवान कर रहे ने दवाई लैण लई संघर्ष। इस बाबत जदों सेहत विभाग वालों सिविल सर्जन नाल गलबात की गई तां सिविल सर्जन ने दस्या कि नशा छड़न वालियां दी गिणती ज़्यादा होण कारण दवाई की घाट आ गई सी, ते हुण नशा छड़ाओ केंद्र विच कुछ समय तक दवाई पुज जाएगी। उच्च अधिकारियों नू एडवांस ही रिपोर्ट इस बाबत भी भेज दिती गई सी, पर सोचण वाली गल है कि जिथे एक पासे सरकार पंजाब नू नशा मुक्त करना चाहती है, दूसरे पासे घर घर शराब की होम डिलीवरी देना चाहती है, तो तीसरे पासे जो नौजवान नशा छड़ना चाहते हैं उन्हां नू नशा छड़ाओ गोलियां वास्ते तड़पांदी है, तो अजिहियां सरकारां तों असीं की उम्मीद रख सकते हैं। पक्खो के तो आए हाँ, तो ये मतलब जिदा मान लो इस वीर दियाँ चार गोलियां एक दिन दियाँ लगिया ना, इनू एक गोली दे एक गोली दे रहे हैं, वो भी कह रहे हैं कि खानियाँ तो खा नहीं तो घर नू जा, उनू उहदी डोज डेली डोज जिहड़ी आ पूरी दित्ती जाए, साडी तो यही रिक्वेस्ट आ। तीन गोलियां खाने ਸਾਡੀਆਂ ਤਿੰਨ, ਅਤੇ ਪਨੀਰੀ ਪਨੀਰੀ ਘਾਹ ਕੱਢਦੇ ਤਾਂ ਇੱਥੋਂ ਤਾਂ ਇੱਥੇ ਕੁਛ ਬੋਲਣ ਨਾਲ ਰਾਹ ਹੀ ਤੁਰਿਆ ਜਾਂਦੇ ਲੈ ਜਾਂਦੀ ਆ। ਕਿਹੜੇ ਪਿੰਡ ਤੋਂ ਆਏ ਜੀ? ਕਿਰਤੋਵਾਲ ਜੀ। ਅਤੇ ਕਾਹਦੀ ਗੋਲੀ ਖਾਂਦੇ ਜੀ? ਨਸ਼ੇ ਦੀ ਆ, ਪੋਤ ਪਾਤ ਛੱਡਿਆ ਜੀ। ਅਤੇ ਅੱਜ ਕੀ ਹਾਲ ਆ? ਅੱਜ ਦੇਣੀ ਨਹੀਂ ਡਾਇਆ, ਇੱਕੋ ਦੇਣੀ, ਇੱਕ ਨਾ ਕੀ ਬਣ ਲਓ, ਕੱਲ੍ਹ ਵੀ ਨਹੀਂ ਦਿੱਤੀ ਜੀ ਦਵਾਈ, ਇੱਕੋ ਇੱਕੋ ਗੋਲੀ ਦਿੱਤੀਆਂ ਨੇ, ਅੱਜ ਬੰਦੇ ਹੀ ਜਾਂਦੇ ਆਪਦੇ ਬੰਦੇ। ਦਵਾਈ ਉਹ ਇੱਥੇ ਜੀ 10-9 ਦਿਨਾਂ ਦੀ ਮਿਲਦੀ ਹੈ ਜੀ, ਲੋਕਾਂ ਨੂੰ 10-10 ਦਿਨ ਦੀ। ਇੱਕ ਮਿੰਟ, ਹਾਂਜੀ ਇੱਥੇ ਆਓ। ਨਸ਼ੇ ਦੀ ਆ, ਪੋਤ ਪਾਤ ਛੱਡਿਆ ਜੀ। ਅੱਜ ਕੀ ਹਾਲ ਆ? ਅੱਜ ਦੇਣੀ ਨਹੀਂ ਡਾਇਆ, ਇੱਕੋ ਦੇਣੀ, ਇੱਕ ਨਾ ਕੀ ਬਣ ਲਓ, ਕੱਲ ਵੀ ਨਹੀਂ ਦਿੱਤੀ ਜੀ ਦਵਾਈ, ਇੱਕੋ ਇੱਕੋ ਗੋਲੀ ਦਿੱਤੀਆਂ ਨੇ, ਅੱਜ ਬੰਦੇ ਹੀ ਜਾਂਦੇ ਆਪਦੇ ਬੰਦੇ। ਸਰਕਾਰ ਜ਼ਿੰਮੇਵਾਰੀ ਚੁੱਕੀ ਸੀ ਸਰਕਾਰ ਨੇ, ਅਸੀਂ ਨਸ਼ਾ ਦੇਵਾਂਗੇ ਲੋਕਾਂ ਨੂੰ, ਤੇ ਫਿਰ ਸਰਕਾਰ ਦਿੰਦੀ ਕਿਉਂ ਨਹੀਂ? ਫਿਰ ਸਾਡੇ ਟੈਕਸ ਕੱਟਣ ਦੇ ਆ, ਸਾਡੇ ਹਰ ਚੀਜ਼ ਕੱਟਣ ਦੇ, ਹਰ ਕੁਛ ਹਰ ਕਰਨ ਦੇ ਹੀ, ਫਿਰ ਸਾਨੂੰ ਫਿਰ ਕਿਉਂ ਖਰਾਬ ਕਰਦੇ ਆ? ਸਾਨੂੰ 10-15 ਦਿਨ ਭਾਵੇਂ 15 ਦਿਨ ਸਾਨੂੰ ਇਹ। ਕਿਹੜੇ ਪਿੰਡ ਤੋਂ ਆ ਰਹੇ ਜੀ? ਅਸੀਂ ਡਲ ਤੋਂ ਆਏ ਜੀ। ਹਾਂਜੀ ਡਲ ਤੋਂ ਪੱਕੇ ਨਾ, ਤਾਂ ਪੱਟੀ ਲੱਗ ਨਹੀਂ ਮਿਲਦੀ ਜੀ ਸਾਨੂੰ? ਕਿਤੇ ਨਹੀਂ, ਬੜੇ ਖਰਾਬ ਹੋਏ ਉੱਥੇ ਜੀ, ਪਹਿਲਾਂ ਸੁਰ ਸਿੰਘ ਸੀ, ਮੁੜ ਕੇ ਸਾਨੂੰ ਉੱਥੇ ਆਉਂਦੇ, ਉੱਥੇ ਜਾਓ ਆਪਣਾ ਭੱਗੂਪੁਰ ਚੱਲ ਜਾਓ, ਉਹ ਸਾਨੂੰ ਘਰਿਆਲੇ ਕਲਕੱਤਿਆ, ਉੱਥੇ ਮੈਡਮਾਂ ਦੋ ਉਹਨਾਂ ਵੀ ਚਲਾਜਲਾ ਮਾਰਿਆ, ਸਾਨੂੰ ਉਹਦੇ ਭਾਜੋ ਇੱਥੇ ਕੁਛ ਨਹੀਂ ਹੈਗਾ, ਫਿਰ ਫੋਨ ਫਾਨ ਕਰਾ ਕੇ ਫਿਰ ਦਸਾਂ ਦਿਨਾਂ ਮਿਲੀ ਜੇ, ਅੱਜ ਕੱਲ੍ਹ ਵੀ ਨਹੀਂ ਮਿਲੀ, ਕੱਲ੍ਹ ਮੁੜ ਕੇ, ਅਤੇ ਅੱਜ ਫਿਰ ਆਉਂਦੇ, ਅੱਜ ਨਹੀਂ ਮਿਲਣਾ, ਕਿ ਨਹੀਂ ਸਰਕਾਰ ਕਰਨ ਜੋਗੀ, ਅਤੇ ਹੱਥ ਖੜੇ ਕੀਤੇ, ਛੱਡਣ ਖੇੜਾ ਜਾ ਕੇ ਸੀ, ਜਦੋਂ ਮਰਜ਼ੀ ਮੋਹ ਲੈ ਲਈਏ ਫਿਰ ਆਪਦਾ, ਇਹ ਕੋਈ ਸਰਕਾਰ ਕਹਿੰਦੀ ਹਗੋ? ਇੱਕ ਗੱਲ ਹੋ ਰਹੇਗੀ ਜੇ, ਅਸੀਂ ਤਾਂ ਹਗੋ ਛੱਡਣ ਪਏ ਵੀ ਛੁੱਟ ਜੂ ਸਾਡੀ, ਇਹ ਤਾਂ ਐਡੀ ਭੈੜੀ ਚੀਜ਼ ਲਾਤੀ ਸਾਨੂੰ, ਵੀ ਰਹੇ ਰੱਬ ਦਾ ਨਾਲ ਇਹ ਕੋਈ ਚੀਜ਼ ਅਸਰ ਨਹੀਂ ਕਰਦੀ, ਇਹ ਸਾਨੂੰ ਸਰਕਾਰ ਮਾਰਨ ਦੀ, ਸਾਨੂੰ ਕਦੋਂ ਮਾਰਨ ਦੀ? ਸਾਨੂੰ ਜੇ ਸਜ਼ਾ ਦੇ ਜਾਣ ਸਾਨੂੰ ਹਰ ਚੁੱਪ ਕਰਕੇ, ਸਾਡੇ ਲਈ ਪਹੁੰਚਦੇ ਕੀ ਲੋੜ ਆ? ਤੜਾ ਕਿ ਨਾ ਸੋਚਿਆ ਸਰ, ਜਿਹੜੇ ਵੋਟ ਸੈਂਟਰ ਖੁੱਲ੍ਹੇ ਹੋਏ ਆ ਤਰਨ ਤਾਰਨ ਦੇ ਵਿੱਚ, ਉੱਥੇ ਰੈਗੂਲਰ ਮੈਡੀਸਨ ਮਿਲਦੀ ਹੈਗੀ ਇਹਨਾਂ ਨੂੰ। ਪਹਿਲਾਂ ਗਵਰਨਮੈਂਟ ਦੀ ਇਹ ਪੋਲਿਸੀ ਸੀ ਕਿ ਇਹਨਾਂ ਨੂੰ 11 ਦਿਨ ਦੀ ਮੈਡੀਸਿਨ ਦਿੱਤੀ ਜਾਵੇ, ਹੁਣ ਲਾਕਡਾਊਨ ਖੁੱਲ੍ਹਣ ਕਰਕੇ ਇੱਕ ਸਟਾਕ ਪਿੱਛੋਂ ਕਾਫੀ ਘੱਟ ਆ ਰਿਹਾ, ਨੰਬਰ 2 ਅਤੇ ਨੰਬਰ ਆਫ ਪਰਸਨ ਬਹੁਤ ਜ਼ਿਆਦਾ ਵੱਧ ਗਏ, ਡੇਢ ਗੁਣਾ ਹੋ ਗਏ। ਇਸ ਕਰਕੇ ਇਹਨਾਂ ਨੂੰ 11 ਦਿਨਾਂ ਦੀ ਮੈਡੀਸਿਨ ਨਹੀਂ ਦਿੱਤੀ ਜਾ ਸਕਦੀ, ਇੱਕ ਜਾਂ 2 ਦਿਨ ਦੀ ਮੈਡੀਸਿਨ ਦਿੱਤੀ ਜਾ ਸਕਦੀ ਹੈ, ਅਤੇ ਪਰ ਲੋਕ ਇਹੀ ਜਿੱਦ ਕਰ ਰਹੇ ਸਾਨੂੰ ਹਫ਼ਤੇ ਹਫ਼ਤੇ ਦੀ ਦਵਾਈ ਦਿੱਤੀ ਜਾਵੇ, ਜਦਕਿ ਸਟਾਕ ਇੰਨਾ ਨਹੀਂ ਹੈ। ਸਟਾਕ ਜਿਹੜਾ ਘੱਟ ਪਿੱਛੋਂ ਆ ਰਿਹਾ, ਡੇਲੀ ਕੰਜਮਪਸ਼ਨ ਵਧਣ ਕਰਕੇ ਇਹਦੀ ਜਿਹੜੀ ਹੈ ਅਮਾਊਂਟ ਘਟਾਈ ਜਾ ਰਹੀ ਹੈ, ਪਰ ਲੋਕ ਜਿੱਦ ਕਰ ਰਹੇ ਵੀ ਸਾਨੂੰ 11 ਦਿਨ ਦੀ ਦਿੱਤੀ ਜਾਵੇ, ਜਿਹੜੀ ਕਿ ਨਹੀਂ ਦਿੱਤੀ ਜਾ ਸਕਦੀ। ਫਿਰ ਵੀ ਸਟਾਕ ਪੋਜੀਸ਼ਨ ਪਤਾ ਕਰਕੇ ਇਹਦੀ ਰਿਕੁਆਇਰਮੈਂਟ ਸਰਕਾਰ ਨੂੰ ਭੇਜ ਦਿੱਤੀ ਗਈ ਹੈ, ਜਦੋਂ ਸਟਾਕ ਜ਼ਿਆਦਾ ਆਏਗਾ ਉਹਦੇ ਮੁਤਾਬਿਕ ਉਹਨਾਂ ਨੂੰ ਮੈਡੀਸਨ ਦੇ ਦਿੱਤੀ ਗਈ। ਕੁਛ ਸੈਂਟਰ ਸੁਣ ਚ ਆਇਆ ਵੀ ਜਿਸ ਤਰ੍ਹਾਂ ਦਵਾਈਆਂ ਨਹੀਂ ਮਿਲ ਰਹੀਆਂ, ਪੱਟੀ ਭੱਗੂਪੁਰ ਹੋ ਗਿਆ ਜਾਂ ਪਿੱਛੋਂ ਹੋਣਾ, ਜਿਹਦੇ ਦਵਾਈਆਂ ਸਰ ਹਰ ਜਗ੍ਹਾ ਮਿਲ ਰਹੀਆਂ, ਪ੍ਰੋਬਲਮ ਇਹੀ ਆ ਰਹੀ ਹੈਗੀ ਹੈ ਵੀ ਇਹ ਰਿਕੁਆਇਰਮੈਂਟ ਬਹੁਤ ਜ਼ਿਆਦਾ ਵੱਧ ਗਈ ਹੈ, ਜਿਹਦੇ ਕਰਕੇ ਅਸੀਂ ਦੁਬਾਰਾ ਨਵੇਂ ਸਿਰੇ ਤੋਂ ਜੋ ਵੀ ਰਿਕੁਆਇਰਮੈਂਟ ਉਹ ਬਣਾ ਕੇ ਭੇਜ ਰਹੇ ਹਾਂ, ਕਿਉਂਕਿ ਪਹਿਲੀ ਰੂਟੀਨ ਰਿਕੁਆਇਰਮੈਂਟ ਜਿਹੜੀ ਪਹਿਲਾਂ ਚੱਲਦੀ ਸੀ ਉਨੀ ਹੀ ਦਵਾਈ ਆ ਰਹੀ ਹੈ, ਪਰ ਹੁਣ ਪੇਸ਼ੈਂਟ ਵਧਣ ਕਰਕੇ ਲਾਕਡਾਊਨ ਦੇ ਵਿੱਚ ਨੰਬਰ ਆਫ ਪੇਸ਼ੈਂਟ ਡੇਢ ਗੁਣਾ ਹੋ ਗਿਆ ਪਹਿਲਾਂ ਤੋਂ। ਪਹਿਲਾਂ ਜਿੱਥੇ 11,000 ਸੀ ਉੱਥੇ 16,000 ਪਲੱਸ ਪੇਸ਼ੈਂਟਸ ਆ ਚੁੱਕੇ ਨੇ ਸਾਡੇ ਕੋਲ, ਜਿਸ ਕਰਕੇ ਇਹਨਾਂ ਦੀ ਡਿਮਾਂਡ ਵਧੀ, ਔਰ ਵਧੀ ਡਿਮਾਂਡ ਕਰਕੇ ਜੋ ਵੀ ਰਿਕੁਆਇਰਮੈਂਟ ਹੈ ਉਸ 'ਤੇ ਅਸੀਂ ਲਿਖ ਕੇ ਭੇਜ ਰਹੇ ਹਾਂ, ਤਾਂ ਕਿ ਨੰਬਰ ਆਫ ਮੈਡੀਸਨ ਜਿਸ ਤਰੀਕੇ ਨਾਲ ਆਉਣਗੀਆਂ ਉਸੇ ਤਰੀਕੇ ਨਾਲ ਦੇ ਦਿੱਤੀ ਜਾਏ। ਗੁਰਬਾਣੀ ਖਾਨ ਬਣੀ ਵਾਸਤੇ ਤਰਨ ਤਾਰਨ ਸਾਹਿਬ ਤੋਂ ਜਸਵੀਰ ਸਿੰਘ ਲੱਡੂ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ।